ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਜਾਰੀ ਹੈ ਕਿਸਾਨਾਂ ਦੀ ਸਰਕਾਰ ਨਾਲ ਫਿਲਹਾਲ ਕੋਈ ਸਹਿਮਤੀ ਬਣਦੀ ਨਹੀਂ ਵਿਖਾਈ ਦੇ ਰਹੀ ਕਿਸਾਨ ਜਿਹੜੇ ਆ ਉਹ ਸਾਫ਼ ਕਹਿ ਰਹੇ ਆ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਦੇ ਬਾਰਡਰਾਂ ਤੇ ਇੱਕ ਟਰੈਕਟਰ ਮਾਰਚ ਕੱਢਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਜਿਸ ਦੀ ਤਿਆਰੀ ਪੰਜਾਬ ਭਰ ਦੇ ਵਿੱਚ ਜਾਰੀ ਹੈ ਇਸਨੂੰ ਲੱਗੇ ਲੁਧਿਆਣਾ ਦੇ ਪਿੰਡ ਗਿਲ ਦੇ ਵਿੱਚ ਤਿਆਰੀਆਂ ਜਿਹੜੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਹੋ ਚੁੱਕੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰ ਵਖਾ ਦਿੰਦੇ ਆ ਕਿ ਲਗਾਤਾਰ ਜਿਹੜੇ ਆ ਉਹ ਨੌਜਵਾਨ ਹੋਣ ਭਾਵੇਂ ਉਹ ਬਜ਼ੁਰਗ ਹੋਣ ਲੰਬੰਦ ਹੋ ਰਹੇ ਨੇ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਵਿੱਚ ਅਨਾਊਂਸਮੈਂਟ ਕਰਾ ਦਿੱਤੀ ਗਈ ਹੈ ਕਿ ਨੌਜਵਾਨ ਵੱਧ ਤੋਂ ਵੱਧ ਇਕੱਠ ਹੋਣ ਤਾਂ ਜੋ ਦਿੱਲੀ ਜਾ ਕੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਇਆ ਜਾ ਸਕੇ 26 ਜਨਵਰੀ ਨੂੰ ਜੋ ਪ੍ਰੇਡ ਕੱਢਣੀ ਹੈ ਟਰੈਕਟਰ ਮਾਰਚ ਜੋ ਕਰਨਾ ਹੈ ਉਸ ਨੂੰ ਲੈ ਕੇ ਤਿਆਰੀਆਂ ਲਗਾਤਾਰ ਜਾਰੀ ਹੈ ਸਾਡੇ ਨਾਲ ਨੌਜਵਾਨ ਜਿਹੜੇ ਕਿਸਾਨ ਹੈਗੇ ਨੇ ਉਹ ਵੀ ਮੌਜੂਦ ਹੈ ਗੱਲਬਾਤ ਕਰ ਲੈਂਦੇ ਉਹਨਾਂ ਨਾਲ ਆ ਪਾਜੀ ਕਿੰਦਾਂ ਦੀ ਤਿਆਰੀਆਂ ਨੇ 26 ਜਨਵਰੀ ਨੂੰ ਲੈ ਕੇ ਪਿੰਡ ਦੇ ਕਿੰਨੇ ਨੌਜਵਾਨ ਜਿਹੜੇ ਉੱਥੇ ਸ਼ਾਮਿਲ ਹੋਣ ਜਾ ਰਹੇ ਨੇ ਪਿੰਡ ਦੇ ਨੌਜਵਾਨਾਂ ਕੋਲੋਂ ਪਹਿਲਾਂ ਹੀ ਯਾਨੀ ਕੀ ਸਾਡੀ ਸ਼ਿਰਵਾਤ ਤਕਰੀਬਨ 3 ਮਹੀਨਿਆਂ ਤੋਂ ਅਸੀਂ ਇਸੇਂ ਹਰਸ਼ ਕਰ ਰਹੇ ਹਾਂ ਇਸ ਚੀਜ਼ ਦਾ ਤੇ ਅਸੀਂ ਸਾਰੇ ਕਮਾਂਕਾਰਾਂ ਨੂੰ ਛੱਡ ਕੇ 26 ਜਨਵਰੀ ਨੂੰ 26 ਜਨਵਰੀ ਅਸੀਂ ਕੁਝ ਕਰ ਰਹੇ ਹਾਂ ਤੇ ਅਸੀਂ ਸਾਰੇ ਪੰਜਾਬ ਤੇ ਬਾਕੀ ਜੋ ਵੀ ਯਾਨੀ ਸਾਡੇ ਨਾਲ ਜਿੰਨੇ ਸਟੇਟਾਂ ਜੁੜੀਆਂ ਸੀ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੱਧ ਤੋਂ ਵੱਧ ਤਿਆਰੀ ਕਰਕੇ 26 ਜਨਵਰੀ ਨੂੰ ਤੁਸੀਂ ਜਾਣ ਦਾ ਯਤਨ ਕਰੋ ਸਾਡੇ ਨਾਲ ਅਸੀਂ ਵੀ ਤਿਆਰੀਆਂ ਕਰ ਰਹੇ ਆ ਤੇ ਅਸੀਂ ਜਿੰਨੇ ਵੀ ਪਿੰਡ ਨੇ ਆਲੇ-ਦਾਲੇ ਵਾਲੇ ਮੁਹੱਲੇ ਉਹਨਾਂ ਨੂੰ ਅਸੀਂ ਜਾਗਰੂਤ ਕਰਦੇ ਆ ਵੀ ਤੁਸੀਂ ਇੱਕ ਦਿਨ ਕੱਢ ਕੇ ਜਰੂਰ ਸਾਡੇ ਨਾਲ ਚੱਲੋ ਹਾਂਜੀ ਸੋ ਲਗਾਤਾਰ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਾ ਸਿਰਫ ਸਿਰਫ ਬੋਲਟਾਂ ਦੇ ਝੰਡੀਆਂ ਲਾਈਆਂ ਗਈਆਂ ਕਿਸਾਨਾਂ ਅੰਦੋਲਨ ਦਿਆ ਕਿਸਾਨ ਇਕਤਾ ਜਿੰਦਾਬਾਦ ਦਿਆਂ ਸਗੋ ਟਰੈਕਟਰ ਵੀ ਜਿਹੜੇ ਤਿਆਰ ਕਰ ਲਏ ਗਏ ਨੇ ਇੱਕ ਹੋਰ ਖਾਸ ਗੱਲ ਇਹ ਹੈ ਕਿ ਮਨਦੀਪ ਕੌਰ ਖਾਲਸਾ ਜੀ ਜਿਹੜੇ ਹਾਲਾਂਕਿ ਇਹ ਕੋਰ ਹੈ ਪਰ ਜਿਹੜਾ ਰੂਪ ਹੈ ਉਹ ਸਿੰਘਾ ਵਾਲਾ ਹੈ ਉਹ ਵੀ ਜਿਹੜੇ ਆ ਉਹ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਨੇ ਜਿਹੜਾ ਟਰੈਕਟਰ ਮਾਰਚ ਕੱਢਿਆ ਜਾਣਾ ਹੈ ਖਾਸ ਕਰਕੇ ਗਿੱਲਪਿੰਡ ਤੋਂ ਲੁਧਿਆਣੇ ਤੋਂ ਉਸ ਦੀ ਜਿਹੜੀ ਅਗਵਾਈ ਕਰਨਗੇ ਉਸ ਲਈ ਇਹਨਾਂ ਨੇ ਜਿਹੜੀ ਟ੍ਰੇਨਿੰਗ ਆ ਉਹ ਵੀ ਵਿਸ਼ੇਸ਼ ਤੌਰ ਤੇ ਹਾਸਲ ਕਰ ਲਈ ਹੈ ਟਰੈਕਟਰ 'ਚ ਮਹਾਰਤ ਹਾਸਲ ਕਰ ਲਈ ਹੈ ਜਿਹੜੇ ਪੂਰੇ ਜੱਥੇ ਦੀ ਅਗਵਾਈ ਕਰਨਗੇ ਹਾਲਾਂਕਿ ਹੈ ਮਨਦੀਪ ਕੌਰ ਪਰ ਜਿਹੜਾ ਇਹਨਾਂ ਦਾ ਸਰੂਪ ਹੈ ਜੋ ਰੂਪ ਹੈ ਉਹ ਪੂਰਾ ਸਿੰਘਾ ਵਾਲਾ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਖਾਲਤਾ ਜੀ ਤਿਆਰੀ ਤੁਹਾਡੇ ਵੱਲੋਂ ਪੂਰੀ ਹੈ ਤੁਸੀਂ ਅਗਵਾਈ ਕਰ ਰਹੇ ਹੋ ਜਿਹੜਾ ਵੀ ਜੱਥਾ ਜਾਊਗਾ ਕਿੰਨਾ ਟਾਈਮ ਲਾਇਆ ਟਰੈਕਟਰ ਸਿੱਖਣ ਨੂੰ ਤੇ ਕਿੱਦਾਂ ਦੀ ਹੁਣ ਤਿਆਰੀ ਹੈ ਤੁਹਾਡੀ ਟਰੈਕਟਰ ਸਿੱਖਣ ਤਾਂ ਮਹਾਰਾਜ ਜਾਨੀ ਕਿਰਪਾ ਵਾ ਕਿ ਵੀਰ ਜੀ ਨੇ ਇੱਕ ਵਾਰੀ ਸਿਖਾਇਆ ਤੇ ਆਪਾਂ ਪਤਾ ਲੱਗ ਜਾਂਦਾ ਵਾ ਤੇ ਇਹੀ ਆ ਕਿ ਹੁਣ 26 ਤਰੀਕ ਨੂੰ ਜੋ ਪ੍ਰੇਡ ਆਪਾਂ ਦਿੱਲੀ ਵਿਖੇ ਕੱਢਣੀ ਆ ਉਹਦੇ ਵਿੱਚ ਇਹੀ ਕਹਿਣਾ ਚਾਹੂੰ ਕਿ ਜਿੰਨੇ ਵੀ ਪੰਜਾਬ ਆ ਚਾਹੇ ਨਾਲ ਦੇ ਸਾਡੇ ਨਾਲ ਦੇ ਲੱਗਦੇ ਜੋ ਸੂਬੇ ਨੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਆਪਣੇ ਆਪਣੇ ਸਾਧਨਾਂ ਦੇ ਉੱਤੇ ਦਿੱਲੀ ਜ਼ਰੂਰ ਪਹੁੰਚੀਏ ਤਾਂ ਕਿ ਜੋ ਇਹ ਸਾਡਾ ਜੋ ਇਹ ਅੰਦੋਲਨ ਅਸੀਂ ਆਪਣੇ ਸੈਂਟਰ ਸਰਕਾਰ ਨਾਲ ਜੋ ਲੜਨ ਜਾ ਰਹੇ ਆ ਸਾਡੇ ਜੋ ਹੱਕ ਨੇ ਕਿਉਂਕਿ ਇਹ ਇਹ ਨਾ ਸਿੱਖਿਆ ਜਾਵੇ ਕਿ ਸਿਰਫ ਕੰਸਰਨ ਕਿਸਾਨੀ ਨਾਲ ਸੰਬੰਧਿਤ ਆ ਤੇ ਜੇਕਰ ਆਪਾਂ ਨਾ ਅਜ ਲਾਮਬੰਦ ਹੋ ਕੇ ਅਸੀਂ ਨਾ ਦਿੱਲੀ ਵੱਲ ਕੀਤਾ ਕੋਚ ਤਾਂ ਇਹੀ ਆ ਕਿ ਸਾਡੇ ਗਲਾਂ ਨੂੰ ਵੀ ਇਹ ਚਾਹੇ ਆਮ ਵਰਗ ਆ ਹਾਲਾਂਕਿ ਮੈਂ ਕਿਸਾਨ ਨਹੀਂ ਆ ਪਰ ਸਾਡੀਆਂ ਜ਼ਮੀਰਾਂ ਜਾਗਦੀਆਂ ਨੇ ਤੇ ਅਸੀਂ ਆਪਣੇ ਕਾਰੋਬਾਰ ਦੇ ਵਿੱਚੋਂ ਅਸੀਂ ਹੁਣ ਸਮਾਂ ਕੱਢ ਕੇ ਇਸ ਪ੍ਰੇਡ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਆ ਤੇ ਜੋ ਨਾਲ ਦੇ ਸਾਡੇ ਜੋ ਵੀ ਆਲੇ-ਦਾਲੇ ਜੋ ਸਾਡੇ ਏਰੀਆ ਵਾਸੀ ਉਹਨਾਂ ਨੂੰ ਸਮਝਾਉਨੇ ਆ ਕਿ ਇਸ ਅੰਦੋਲਨ ਦੇ ਵਿੱਚ ਅਸੀਂ ਆਪਣਾ ਜਿਸ ਤਾ ਹਿਸਾਬ ਨਾਲ ਵੀ ਹੋ ਸਕਦਾ ਕਿ ਅਸੀਂ ਆਪਣਾ ਹਿੱਸਾ ਪਾਈਏ ਜ਼ਰੂਰੀ ਨਹੀਂ ਕਿ ਅਸੀਂ ਦੇਖਣਾ ਕਿ ਅਸੀਂ ਟਰੈਕਟਰਾਂ ਦੇ ਹੀ ਜਾਣਾ ਜਿੰਨਾਂ ਕੋਲੇ ਜੋ ਵੀ ਸਾਧਨ ਆ ਤੇ ਇਹ ਹੀ ਬੇਨਤੀ ਆ ਕਿ ਆਪਣਾ ਦਿੱਲੀ ਨੂੰ ਜੋ ਪਰੇਡ ਹੋਣ ਜਾ ਰਹੀ ਆ ਉੱਥੇ ਅਸੀਂ ਜ਼ਰੂਰ ਪਹੁੰਚੀਏ ਉਸ ਨੂੰ ਲੈ ਕੇ ਦੇਖੋ ਜੀ ਕਿਉਂਕਿ ਪਹਿਨਾ ਜਦੋਂ ਪੰਜਾਬ ਦੇ ਵਿੱਚੋਂ ਕਿਸਾਨ ਤੁਰੇ ਸੀ ਤਾਂ ਪੰਜਾਬ ਤੋਂ ਹਰਿਆਣੇ ਦੇ ਵਿੱਚ ਜਦੋਂ ਐਂਟਰ ਕਰਨ ਲਈ ਬਹੁਤ ਕੁਝ ਕੀਤਾ ਗਿਆ ਸੀ ਕਿ ਪੰਜਾਬ ਤੋਂ ਹਰਿਆਣੇ ਦੇ ਵਿੱਚ ਇੰਟਰ ਨਾ ਕੀਤਾ ਜਾ ਸਕੇ ਪਰ ਮਹਾਰਾਜ ਨੇ ਕਿਰਪਾ ਰੱਖੀ ਚੜ੍ਹਦੀ ਕਲਾ ਰੱਖੀ ਤੇ ਅਸੀਂ ਹਰਿਆਣੇ ਨੂੰ ਪਾਰ ਕਰਦੇ ਹੋਏ ਦਿੱਲੀ ਜਾ ਬੈਠੇ ਆ ਤੇ ਹੁਣ ਤਾਂ ਦਿੱਲੀ ਦੇ ਯਾਨੀ ਆਪਾਂ ਬਾਰਡਰ ਦੇ ਉੱਤੇ ਹੀ ਬੈਠੇ ਆ ਤੇ ਕੋਈ ਸਾਨੂੰ ਹੈ ਨਹੀਂਗਾ ਕਿ ਅਸੀਂ ਦਿੱਲੀ ਦੇ ਵਿੱਚ ਨਾ ਪਹੁੰਚ ਸਕੇ